ਭਾਈ ਮਨਜੀਤ ਸਿੰਘ ਜੀ, ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਚਰਨ ਛੋਹ ਧਰਤੀ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਪੁਲਿਸ ਵੱਲੋਂ 23 ਨਵੰਬਰ ਨੂੰ ਇੱਕ ਕੋਝੀ ਜਿਹੜੀ ਹੈ ਹਰਕਤ ਕੀਤੀ ਗਈ ਹੈ, ਗੋਲੀ ਚਲਾਈ ਗਈ ਸਵੇਰੇ ਅੰਮ੍ਰਿਤ ਵੇਲੇ ਜਦੋਂ ਗੁਰਬਾਣੀ ਦਾ ਨਾਮ ਸਿਮਰਨ ਹੋ ਰਿਹਾ ਸੀ ਗੁਰਦੁਆਰਾ ਸਾਹਿਬ ਦੇ ਅੰਦਰ। ਇਸ ਚੀਜ਼ ਨੂੰ 2 ਹਫ਼ਤੇ ਤੋਂ ਵੱਧ ਟਾਈਮ ਬੀਤ ਚੁੱਕਿਆ, ਹਜੇ ਤੱਕ ਸਰਕਾਰ ਵੱਲੋਂ ਕਿਸੇ ਤਰੀਕੇ ਦਾ ਕੋਈ ਪ੍ਰਤੀਕਰਮ ਨਹੀਂ ਆਇਆ, ਜਦਕਿ ਸਿੱਖ ਸੰਗਤਾਂ ਦੇ ਵੱਲੋਂ ਲਗਾਤਾਰ 4ਵਾਂ ਦਿਨ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਸਿਰਫ ਇਹੀ ਜਾਣਨ ਦੇ ਲਈ ਕਿ ਗੋਲੀ ਕਿਸ ਦੇ ਕਹਿਣ 'ਤੇ ਅਤੇ ਕਿਉਂ ਚਲਾਈ ਗਈ ਹੈ। ਤੁਸੀਂ ਵੀ ਅੱਜ ਇਸ ਰੋਸ ਧਰਨੇ ਦੇ ਵਿੱਚ ਹਾਜ਼ਰ ਹੋਏ ਹੋ, ਤੁਸੀਂ ਕੀ ਸੋਚ ਲੈ ਕੇ ਚੱਲ ਰਹੇ ਹੋ ਅੱਗੇ ਤੋਂ ਇਸ ਧਰਨੇ ਦੇ ਪਾਸੇ? ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਸਾਨੂੰ ਕੋਈ ਜਵਾਬ ਦੇ ਪਾਊਗੀ ਜਾਂ ਸਰਕਾਰ ਕੋਲ ਇਸਦਾ ਕੋਈ ਜਵਾਬ ਨਹੀਂ ਹੈ? ਦੇਖੋ, ਸਰਕਾਰ ਨੂੰ ਤੁਹਾਨੂੰ ਬੋਲਣਾ ਚਾਹੀਦਾ ਸੀ, ਕਿਉਂਕਿ ਭਗਵੰਤ ਮਾਨ ਹੋਣੀ ਕਹਿੰਦੇ ਰਹੇ ਬੜਾ ਲੰਮਾ ਟਾਈਮ ਪਹਿਲਾਂ ਕਿ ਗੋਲੀ ਜਿਹੜੀ ਆ ਉਹ ਜਾਂ ਹੋਮ ਮਿਨਿਸਟਰ ਚਲਾਉਂਦਾ ਅਤੇ ਜਾਂ ਮੁੱਖ ਮੰਤਰੀ ਦੇ ਕਹਿਣ 'ਤੇ ਚੱਲਦਾ। ਅਤੇ ਅਸੀਂ ਉਹਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਇੱਥੇ ਜਿਹੜੀ ਗੁਰਦੁਆਰਾ ਸਾਹਿਬ ਦੇ ਜਿਹੜੀ ਮਰਿਆਦਾ ਭੰਗ ਹੋਈ ਆ ਔਰ ਤੜਕੇ ਜਿਹੜਾ 4 ਵਜੇ ਹਮਲਾ ਕੀਤਾ ਗਿਆ ਹੈ, ਔਰ ਸੱਚਖੰਡ ਹਰਿਮੰਦਰ ਸਾਹਿਬ 'ਤੇ ਵੀ ਤੜਕੇ 4 ਵਜੇ ਹਮਲਾ ਹੋਇਆ ਸੀ, ਅਸੀਂ ਉਸ ਟਾਈਮ 'ਤੇ ਉੱਥੇ ਮੌਜੂਦ ਸੀਗੇ, ਅਤੇ ਇਹ ਜਿਹੜਾ ਹਮਲਾ ਇੱਥੇ ਕੀਤਾ ਗਿਆ, ਪੁਲਿਸ ਨੇ ਕਾਰਵਾਈ ਕੀਤੀ ਆ, ਇਹ ਕਿਹਦੇ ਹੁਕਮਾਂ ਨਾਲ ਕੀਤੀ ਆ ਜਾਂ ਕਿਉਂ ਕੀਤੀ ਆ? ਕਿਉਂਕਿ ਮੈਨੂੰ ਪਤਾ ਲੱਗਾ ਵੀ ਗੱਲਬਾਤ ਪਹਿਲਾਂ ਵੀ ਚੱਲਦੀ ਸੀ ਜਿਹੜੇ ਨਿਹੰਗ ਸਿੰਘਾਂ ਦੇ ਨਾਲ ਐਡਮਿਨਿਸਟ੍ਰੇਸ਼ਨ ਦੀ, ਅਤੇ ਜਦੋਂ ਨਿਹੰਗ ਸਿੰਘਾਂ ਨਾਲ ਗੱਲ ਚੱਲਦੀ ਸੀ ਤਾਂ ਇਹਦਾ ਮਸਲਾ ਗੱਲਬਾਤ ਨਾਲ ਹੀ ਹੱਲ ਹੋ ਜਾਣਾ ਚਾਹੀਦਾ ਸੀ, ਕਿਉਂਕਿ ਸਾਨੂੰ ਇਸ ਗੱਲ ਦਾ ਨਹੀਂ ਵੀ ਨਿਹੰਗ ਸਿੰਘਾਂ ਦਾ ਆਪਸ ਵਿੱਚ ਕਈਆਂ ਥਾਵਾਂ 'ਤੇ ਕਈਆਂ ਜਥੇਬੰਦੀਆਂ ਦਾ ਆਪ ਹੀ ਦਿੱਤਾ ਫਰਕਾ ਹੁੰਦਾ ਛਾਉਣੀਆਂ ਤੋਂ, ਪਰ ਉਹ ਬਹਿ ਕੇ ਖਾਲਸਾ ਪੰਥ ਆਪ ਹੀ ਕਰ ਲੈਂਦਾ। ਅਤੇ ਸਾਨੂੰ ਇਸ ਗੱਲ ਦਾ ਨਹੀਂ ਵੀ ਇੱਥੇ ਕਿਹਦਾ ਕਬਜ਼ਾ ਕਿਹਦਾ, ਸਾਨੂੰ ਤਾਂ ਇਸ ਗੱਲ ਦਾ ਵੀ ਗੁਰਦੁਆਰਾ ਸਾਹਿਬ ਦੇ ਜਿਹੜੇ ਮਰਿਆਦਾ ਭੰਗ ਕੀਤੀ ਆ, ਤੜਕੇ ਸਿੰਘ ਪਾਠ ਕਰਦੇ ਸੀ, ਕੋਈ ਇਸ਼ਨਾਨ ਕਰਦਾ ਸੀ, ਕੋਈ ਕਿਸ ਤਰ੍ਹਾਂ ਸੀ, ਉਹ ਕਿਉਂ ਕੀਤੀ ਆ? ਔਰ ਉਹਦਾ ਜਵਾਬ ਜਿਹੜਾ ਉਹ ਭਗਵੰਤ ਮਾਨ ਨੂੰ ਦੇਣਾ ਚਾਹੀਦਾ ਹੁਣ ਵੀ ਇਹ ਤੁਹਾਡੇ ਹੁਕਮ ਨਾਲ ਚੱਲੀ ਆ, ਤੁਸੀਂ ਹੋਮ ਮਿਨਿਸਟਰ ਵੀ ਜੇ ਮੇਰੇ ਖਿਆਲ ਆ ਅਤੇ ਉਹ ਮੁੱਖ ਮੰਤਰੀ ਵੀ ਜੇ, ਅਤੇ ਤੁਸੀਂ ਇਹਦਾ ਜਵਾਬ ਦਿਓ। ਅਤੇ ਜਿਹੜਾ ਜਵਾਬ ਨਹੀਂ ਦਿੰਦਾ ਉਹਦਾ ਮਤਲਬ ਹੁੰਦਾ ਵੀ ਉਹ ਝੂਠਾ ਹੈ, ਕਿਉਂਕਿ ਜਿਹੜਾ ਸੱਚਾ ਹੁੰਦਾ ਬੰਦਾ ਉਹ ਪਰੇ ਝਾਪ ਦੀ ਗੱਲ ਜਿਹੜੀ ਉਹ ਰੱਖ ਦਿੰਦਾ। ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਲ ਕੇ ਹਲਕੇ ਵਾਈਜ਼ ਇਹ ਫੈਸਲਾ ਕੀਤਾ ਹੈ ਕਿ ਜਿੰਨਾ ਚਿਰ ਨਿਆਂ ਨਹੀਂ ਮਿਲਦਾ ਉਹਨਾਂ ਚਿਰ ਰੋਸ ਧਰਨਾ ਇੱਥੇ ਸ਼ਾਂਤਮਈ ਰੋਸ ਧਰਨਾ ਜਿਹੜਾ ਚੱਲੂਗਾ। ਔਰ ਅੱਜ ਮੇਰੇ 4ਵੇਂ ਦਿਨ 'ਚ ਸ਼ਾਮਿਲ ਹੋਇਆ ਔਰ ਵਾਰੀ ਵਾਰੀ ਸਾਰੇ ਹਲਕਿਆਂ ਦੇ ਵਿੱਚੋਂ ਇਹ ਰੋਸ ਧਰਨਾ ਕਰਨ ਵਾਸਤੇ ਸੰਗਤ ਨੇ ਇੱਥੇ ਆਉਣਾ। ਸੋ ਜਿੰਨੀ ਛੇਤੀ ਹੋ ਸਕਦਾ ਹੈ ਸਰਕਾਰ ਨੂੰ ਇਹਦਾ ਨਿਆਂ ਦੇਣਾ ਚਾਹੀਦਾ ਔਰ ਮਾਫ਼ੀ ਮੰਗਣੀ ਚਾਹੀਦੀ ਆ, ਔਰ ਇਹ ਕਹਿਣਾ ਦੱਸਣਾ ਚਾਹੀਦਾ ਵੀ ਇਹ ਕਿਹਦੇ ਹੁਕਮਾਂ 'ਤੇ ਕਿਉਂ ਇਹ ਤੜਕੇ ਇਹ 4 ਵਜੇ ਕੀਤਾ? ਇੱਥੇ ਕੋਈ ਜੰਗ ਤਾਂ ਲੱਗੀ ਨਹੀਂ ਸੀ, ਇੱਥੇ ਕਿਹੜੀ ਜੰਗ ਲੱਗੀ? ਉਸੇ ਹਿਸਾਬ ਨਾਲ ਹੀ ਜੇ ਦੇਖੀਏ ਆਪਾਂ ਸਿੱਖ ਪੰਥ ਦੇ ਪਾਸੋਂ ਨਾ ਸੋਚੀਏ, ਆਪਾਂ ਪ੍ਰਸ਼ਾਸਨ ਦੇ ਪਾਸੋਂ ਸੋਚ ਲੈਂਦੇ ਹਾਂ ਕਿ ਇਹ ਵਾਕਈ ਪ੍ਰਸ਼ਾਸਨ ਇਸ ਤੋਂ ਬਿਨਾਂ ਹੋਰ ਕੋਈ ਹੱਲ ਹੈ ਨਹੀਂ ਸੀਗਾ। ਅਤੇ ਪ੍ਰਸ਼ਾਸਨ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਬੇਸਮਝੀ ਕੀਤੀ ਆ। ਕਈ ਵਾਰ ਠੀਕ ਆ ਵੱਡੇ ਰੁਤਬਿਆਂ ਦਾ ਵੀ ਹਾਸਲ ਹੋ ਜਾਂਦੇ ਆ, ਸਾਰਾ ਕੁਛ ਹੋ ਜਾਂਦਾ ਹੈ, ਪਰ ਜਿਹੜਾ ਹੈਗੀ ਆ ਨਾ ਆਪਣੀ ਸਮਝ ਸੋਚ ਉਹ ਤਜਰਬੇ ਨਾਲ ਹੀ ਆਉਂਦੀ ਆ। ਸੋ ਇਹ ਸਵੇਰੇ ਬਹਿ ਕੇ ਫਿਰ ਸੱਦ ਲੈਂਦੇ ਉਹਨਾਂ ਨੂੰ, ਨਿਹੰਗ ਸਿੰਘਾਂ ਨੂੰ ਸੱਦ ਲੈਂਦੇ, ਦੋਵੇਂ ਪਾਰਟੀਆਂ ਸੱਦ ਲੈਂਦੇ ਅਤੇ ਬਿਠਾ ਕੇ ਗੱਲ ਕਰ ਲੈਂਦੇ, ਪਰ ਇਹ ਤਾਂ ਮੇਰੇ ਖਿਆਲ ਦੇ ਵਿੱਚ ਉੱਤੋਂ ਉਹਨਾਂ ਨੂੰ ਆਰਡਰ ਆਇਆ ਅਤੇ ਉਹਨਾਂ ਨੇ ਦਵਾ ਦਾ ਇਹ ਨਹੀਂ ਸੋਚਿਆ ਵੀ ਅਸੀਂ ਵੇਖੋ ਕਈ ਵਾਰ ਆਰਡਰ ਤੋਂ ਗਲਤ ਵੀ ਆ ਜਾਂਦੇ ਆ ਵੀ ਅਸੀਂ ਬਹਿ ਕੇ ਗੁਰਦੁਆਰਾ ਸਾਹਿਬ ਦਾ ਮਸਲਾ ਹੈ, ਧਾਰਮਿਕ ਮਸਲਾ ਹੈ, ਤੜਕੇ ਕਿਉਂ ਜਾਂਦੇ ਅਸੀਂ ਉੱਥੇ? ਕੋਈ ਉੱਥੇ ਕਿਹੜਾ ਕੋਈ ਗੈਂਗਸਟਰਾਂ ਨੂੰ ਫੜਨਾ ਹੈ ਜਾਂ ਉੱਥੇ ਕੋਈ ਇਹੋ ਜਿਹੀ ਲੜਾਈ? ਤਾਂ ਇਹ ਤਾਂ ਕੋਈ ਹੈ ਨਹੀਂ ਗੀ।
ਉਹ ਤਾਂ ਗੁਰਦੁਆਰਾ ਸਾਹਿਬ 'ਚ ਬੈਠੇ ਆ, ਉਹ 'ਚ ਜਦੋਂ ਮਰਜ਼ੀ ਜਾ ਕੇ ਉਹਨਾਂ ਨਾਲ ਗੱਲ ਕਰ ਸਕਦੇ, ਪਹਿਲਾਂ ਵੀ ਗੱਲ ਦੱਸਦੇ ਚੱਲਦੀ ਰਹੀ ਆ। ਸੋ ਮੈਂ ਇਸ ਗੱਲ ਦੀ ਬੜੀ ਨਿਖੇਧੀ ਕਰਦਾ ਹੈ ਕਿ ਤੁਸੀਂ ਮਤਲਬ ਜੋ ਕੁਛ ਕੀਤਾ ਮਾੜਾ ਕੀਤਾ। ਤੁਸੀਂ ਕਹਿੰਦੇ ਰਹੇ ਜੇ ਵੀ ਫਲਾਣੇ ਥਾਂ 'ਤੇ ਜਿਹੜੀ ਗੋਲੀ ਚੱਲੀ ਆ ਉਹ ਮੁੱਖ ਮੰਤਰੀ ਦੇ ਹੁਕਮ ਨਾਲ ਚੱਲੀ ਆ, ਹੋਮ ਮਿਨਿਸਟਰ ਚੱਲੀ ਆ, ਤਾਂ ਉਹਦੇ ਜਵਾਬ ਤਾਂ ਦਿਓ ਹੁਣ ਕਿਹਦੇ ਹੁਕਮ ਨਾਲ ਚੱਲੀ ਹੈ ਗੋਲੀ। ਆਫਟਰ ਆਲ ਤਾਂ ਗੋਲੀ ਉੱਥੇ ਚੱਲੀ ਆ ਨਾ, ਸੈਂਕੜੇ ਉੱਥੇ ਫਾਇਰ ਹੋਏ ਆ, ਫਿਰ ਪੱਤਰਕਾਰ ਵੀ ਉੱਥੇ ਜਿਹੜੇ ਆ ਦੋ ਜਿਹੜੇ ਉਹ ਫੱਟੜ ਹੋਏ ਆ PTC ਦੇ। ਸੋ ਉਹਨਾਂ ਨੂੰ ਵੀ ਨਿਆਂ ਨਹੀਂ ਮਿਲ ਰਿਹਾ ਜਿੱਥੇ ਉਹ ਫੱਟੜ ਹੋਏ, ਉਹਨਾਂ ਦੇ ਵੀ ਕੇਸ ਜਿਹੜਾ ਬਣਦਾ ਹੈ ਕਿੰਨੇ ਉਹਨਾਂ ਨੂੰ ਫੱਟੜ ਕੀਤਾ ਉਹ ਵੀ ਕੇਸ ਦਰਜ ਕਰਨਾ ਚਾਹੀਦਾ, ਅਤੇ ਇਨਕੁਆਇਰੀ CBI ਤੋਂ ਕਰਾਉਣੀ ਚਾਹੀਦੀ ਆ ਜਿਹੜੀ ਹੈਗੀ ਆ। ਉਹਦੇ ਵਾਸਤੇ ਸਾਡਾ ਸ਼ਾਂਤਮਈ ਮੋਰਚਾ ਜਿਹੜਾ ਇਹ ਚੱਲ ਰਿਹਾ ਉਹ ਚੱਲਦਾ ਰਹੂਗਾ। ਇਹ ਹਜੇ ਇਹਦਾ ਕੋਈ ਲਿਮਿਟ ਨਹੀਂ ਹੈ, ਪਤਾ ਨਹੀਂ ਕਦੋਂ ਤੱਕ ਚੱਲਦਾ ਰਹੇਗਾ, ਜਦ ਤੱਕ ਇਨਸਾਫ ਨਹੀਂ ਮਿਲ ਜਾਂਦਾ। ਨਹੀਂ ਇਹ ਤਾਂ ਵੇਖੋ, ਇਹ ਤਾਂ ਹੁਣ ਸ਼ੁਰੂ ਹੋਇਆ ਹੈ, ਇਹਦਾ ਸਰਕਾਰ 'ਤੇ ਡਿਪੈਂਡ ਕਰਦਾ। ਉਹ ਕੱਲ੍ਹ ਨੂੰ ਨਿਆਂ ਦੇ ਦਿੰਦੀ ਹੈ ਅਤੇ ਕੱਲ੍ਹ ਨੂੰ ਖਤਮ ਹੋਜੂ, ਜੇ ਉਹ 2 ਮਹੀਨਿਆਂ ਨੂੰ ਨਿਆਂ ਦਊ ਫਿਰ 2 ਮਹੀਨਿਆਂ ਨੂੰ ਖਤਮ ਹੋਜੂ। ਚੱਲ ਇਹ ਤਾਂ ਸਰਕਾਰ 'ਤੇ ਡਿਪੈਂਡ ਕਰਦਾ ਹੈ ਕਿ ਉਹਨੂੰ ਇਹ ਗੱਲ ਜਿਹੜੀ ਆ ਉਹ ਪਬਲਿਕ ਦੇ ਸਾਹਮਣੇ, ਸੰਗਤ ਦੇ ਸਾਹਮਣੇ ਰੱਖਣੀ ਚਾਹੀਦੀ। ਜਿਸ ਤਰ੍ਹਾਂ ਅੱਜ ਚੌਥਾ ਦਿਨ ਹੈ, ਪਹਿਲੇ ਦਿਨ ਕਾਫਲਾ ਛੋਟਾ ਸੀ, ਹੌਲੀ ਹੌਲੀ ਵੱਧਦਾ ਵੱਧਦਾ ਅੱਜ ਚੌਥੇ ਦਿਨ ਕਾਫਲਾ ਕਾਫੀ ਹੱਦ ਤੱਕ ਵੱਧ ਚੁੱਕਿਆ। ਇਹਦਾ ਮਤਲਬ ਜੇ ਸਰਕਾਰ ਦੀ ਕੰਨ 'ਤੇ ਜੂ ਨਾ ਸਰਕੀ ਤਾਂ ਆਉਣ ਵਾਲੇ ਦਿਨਾਂ ਤੱਕ ਕਾਫਲਾ ਬਹੁਤ ਲੰਬਾ ਹੋ ਜਾਏਗਾ। ਇਹ ਬਹੁਤ ਰੋਹ ਆ ਸੰਗਤ ਦੇ ਵਿੱਚ, ਠੀਕ ਹੈ ਨਾ, ਇਹ ਬਹੁਤ ਵੱਡਾ ਰੋਹ ਆ, ਬਹੁਤ ਵੱਡਾ ਰੋਸ ਆ। ਔਰ ਤੁਸੀਂ ਦੇਖ ਲਓ ਜੇ ਨਾ ਹੋਇਆ ਤਾਂ ਫਿਰ ਇਹ ਕਈ ਮਤਲਬ ਸੈਂਕੜੇ ਹਜ਼ਾਰਾਂ ਲੋਕ ਵੀ ਇੱਥੇ ਆ ਕੇ ਧਰਨੇ 'ਤੇ ਬਹਿ ਸਕਦੇ ਆ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਮਰਿਆਦਾ ਦਾ ਗੁਰਦੁਆਰਾ ਸਾਹਿਬ ਦਾ ਮਸਲਾ ਹੈ, ਇਹ ਕਿਸੇ ਦਾ ਪਰਸਨਲ ਨਹੀਂ ਹੈਗਾ। ਸੋ ਇਸ ਕਰਕੇ ਇਹ ਕਾਫਲਾ ਜਿਹੜਾ ਦਿਨੋਂ ਦਿਨ ਵਧੂਗਾ। ਪਰ ਮੈਂ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਿਹੜੀ ਆ ਨਾ ਇਹ ਲੋਕਾਂ ਦੀ ਕਚਹਿਰੀ 'ਚ ਰੱਖੋ ਔਰ ਦੱਸੋ ਵੀ ਇਹ ਉੱਥੇ ਗੋਲੀ ਕਿਉਂ ਚਲਾਈ ਆ ਔਰ ਕਿੰਨੀ ਕੁ ਲੋੜ ਸੀ ਗੋਲੀ ਦੀ ਉੱਥੇ, ਔਰ ਚਲਾਈ ਆ ਉਹ ਗਲਤ ਚਲਾਈ ਆ, ਉਹਦੀ ਮਾਫ਼ੀ ਮੰਗੋ ਪਬਲਿਕ ਤੌਰ 'ਤੇ।